ਕਹਿੰਦਾ ਅੱਜ ਆਪਾਂ ਕਿ ਨਵੀਂ ਨਿਊਜ਼ ਲੈ ਕੇ ਆਏ ਹਾਂ। ਇਟਲੀ ਦੀ ਨਿਊਜ਼ ਆ, ਬਲੋਨੀਆ ਦੇ ਕਸਬੇ ਵਿੱਚ ਇੱਕ ਡੇਅਰੀ ਫਾਰਮ ਵਿੱਚ ਕੁਲਵਿੰਦਰ ਸਿੰਘ ਇੱਕ ਨੌਜਵਾਨ ਜੋ ਕਿ 27 ਸਾਲਾਂ ਦਾ ਸੀਗਾ, ਜਲੰਧਰ ਦਾ ਰਹਿਣ ਵਾਲਾ ਸੀਗਾ, ਪਿੰਡ ਅੱਤਾ ਦਾ ਸੀਗਾ, ਉਹਨਾਂ ਦੀ ਮੌਤ ਹੋ ਚੁੱਕੀ ਹੈ। ਮੌਤ ਉਹਨਾਂ ਦੀ ਸਿਰਫ ਪੱਠੇ ਕੁਤਰਨ ਵਾਲੀ ਮਸ਼ੀਨ 'ਚ ਡਿੱਗ ਕੇ ਹੋਈ ਆ। ਸੋ ਬਹੁਤ ਲੋਕਾਂ ਨੂੰ ਕਨਫਿਊਜ਼ਿੰਗ ਹੋ ਗਈ, ਕਿਉਂਕਿ ਪੰਜਾਬ ਵਿੱਚ ਜਿਹੜੀ ਪੱਠੇ ਕੁਤਰਨ ਵਾਲੀ ਮਸ਼ੀਨ ਹੁੰਦੀ ਆ, ਉਹ ਕੁਛ ਇੱਕ ਚੱਕਾ ਹੁੰਦਾ ਹੈ, ਪੱਠੇ ਦੇ ਵਿੱਚ ਪਾਉਂਦੇ ਨੇ ਅਤੇ ਕੁਤਰਦੀ ਆ। ਸੋ ਜਿਹੜੇ ਬਾਹਰਲੇ ਦੇਸ਼ ਆ, ਮਤਲਬ ਇੰਡੀਆ ਵਿੱਚ ਵੀ ਬਹੁਤ ਮਸ਼ੀਨਾਂ ਆ ਚੁੱਕੀਆਂ ਨੇ। ਸੋ ਜਿਹੜੀ ਬਾਹਰਲੇ ਦੇਸ਼ ਵਿੱਚ ਮਸ਼ੀਨ ਵਰਤਦੇ ਉਹ ਵੱਡੀ ਹੁੰਦੀ, ਕੁਛ ਇੱਕ ਅੱਗੇ ਟਰੈਕਟਰ ਲੱਗਾ ਹੁੰਦਾ, ਪਿੱਛੇ ਇੱਕ ਬੋਕਸ ਬਣਾਇਆ ਹੁੰਦਾ ਹੈ, ਅਤੇ ਬੋਕਸ ਦੇ ਉੱਪਰੋਂ ਪੱਠੇ ਪਾਏ ਜਾਂਦੇ ਨੇ ਅਤੇ ਉਹਦੇ ਵਿੱਚ ਛੋਟੇ ਛੋਟੇ ਬਲੇਟ ਲੱਗੇ ਹੁੰਦੇ ਨੇ, ਕਿ ਉਹ ਪੱਠਿਆਂ ਨੂੰ ਛੋਟੇ ਛੋਟੇ ਪੀਸਿਆਂ ਵਿੱਚ ਕੱਟ ਕੇ ਅਤੇ ਮੱਝਾਂ ਗਾਵਾਂ ਅੱਗੇ ਪੇਸ਼ ਕੀਤਾ, ਮਤਲਬ ਉਹਨਾਂ ਨੂੰ ਖਵਾਇਆ ਜਾਂਦਾ ਆ। ਸੋ ਉਸ ਬਕਸੇ ਵਿੱਚ ਜਿਹੜਾ ਨੌਜਵਾਨ ਡਿੱਗ ਗਿਆ ਸੀਗਾ ਅਤੇ ਉਹਦੀ ਮੌਤ ਹੋ ਗਈ, ਉਹਦੀ ਹੱਡੀਆਂ ਦੇ ਛੋਟੇ ਛੋਟੇ ਪੀਸ ਹੋ ਗਏ ਸੀਗੇ। ਸੋ ਬਹੁਤਿਆਂ ਨੂੰ ਇਹ ਸਮਝ ਨਹੀਂ ਆ ਰਹੀ ਸੀਗੀ ਕਿ ਕਿਸ ਤਰ੍ਹਾਂ ਹੋ ਸਕਦਾ। ਪੁਲਿਸ ਨੂੰ ਵੀ ਨਹੀਂ ਪ੍ਰੋਪਰ ਪਤਾ ਲੱਗਾ ਹੈਗਾ, ਕਿਉਂਕਿ ਟਰੈਕਟਰ ਦੇ ਵਿੱਚ ਬੰਦਾ ਇੰਨੀ ਛੇਤੀ ਡਿੱਗ ਨਹੀਂ ਸਕਦਾ, ਕਿਉਂਕਿ ਉੱਪਰ ਮੂੰਹ ਹੁੰਦਾ, ਇੱਕ ਕਮਰੇ ਦੇ ਉੱਪਰ ਚੜ੍ਹ ਕੇ ਡਿੱਗ ਸਕਦਾ ਹੈ, ਇੱਦਾਂ ਹੋ ਨਹੀਂ ਸਕਦਾ। ਔਰ ਮਾਪੇ ਦਾ ਇਕੱਲਾ ਇਕੱਲਾ ਪੁੱਤ ਸੀਗਾ, ਜਿਹੜਾ ਉਹਦਾ ਪਿਤਾ ਜੀ ਸੀਗੇ ਉਹ ਵੀ ਉਸੇ ਫਾਰਮ ਵਿੱਚ ਹੀ ਕੰਮ ਕਰਦੇ ਸੀਗੇ, ਪਰ ਉਸ ਟਾਈਮ ਉਹ ਇੰਡੀਆ ਸੀਗੇ, ਹੁਣ ਉਹ ਵਾਪਸ ਆ ਗਏ ਜਦੋਂ ਉਹਨਾਂ ਨੂੰ ਨਿਊਜ਼ ਪਤਾ ਚੱਲੀ ਹੈ। ਇਹ ਬਲੋਨੀਆ ਦੀ ਨਿਊਜ਼ ਹੈ, ਡੇਅਰੀ ਫਾਰਮ ਵਿੱਚ ਬੰਦਾ ਰਹਿੰਦਾ ਸੀਗਾ, ਤੁਸੀਂ ਇਹਨਾਂ ਦੀ ਫੋਟੋ ਦੇਖ ਸਕਦੇ ਹੋ। ਸੋ ਜਿਹੜੀ ਪੱਠੇ ਕੁਤਰਨ ਵਾਲੀ ਮਸ਼ੀਨ ਆ, ਉਹੀ ਉਸ 'ਤੇ ਵੀ ਮੈਂ ਇੱਕ ਵੀਡੀਓ ਬਣਾ ਚੁੱਕੀ ਹੈ, ਜਿਹੜੀ ਮੈਂ ਡੇਅਰੀ ਫਾਰਮ ਦੇ ਵਿੱਚ ਬਣਾਈ ਸੀਗੀ ਕਿ ਇਸ ਤਰ੍ਹਾਂ ਇਟਲੀ ਵਿੱਚ ਬੰਦੇ ਕੰਮ ਕਰਦੇ ਨੇ। ਉਹਦੇ ਵਿੱਚ ਇਹ ਮਸ਼ੀਨ ਤੁਹਾਨੂੰ ਦੇਖ ਚੁੱਕੀ ਹੋਏਗੀ। ਸੋ ਮੈਂ ਉਹਦਾ ਕਲਿੱਪ ਲੱਭ ਕੇ ਡਾਊਨਲੋਡ ਕਰਕੇ ਤੁਹਾਨੂੰ ਸਾਈਡ 'ਤੇ ਜਾਂ ਇਸ ਵੀਡੀਓ ਤੋਂ ਬਾਅਦ ਤੁਹਾਨੂੰ ਦੇਖਣ ਨੂੰ ਮਿਲ। ਆਹ ਟਰੈਕਟਰ, ਇਹ ਟਰੈਕਟਰ ਸਾਡੇ ਕੋਲ ਘੱਟੋ ਘੱਟ 35 ਸਾਲ ਪੁਰਾਣਾ ਹੈਗਾ ਟਰੈਕਟਰ। ਇੱਕ ਮੈਂ ਤੁਹਾਨੂੰ ਉਹ ਵੀ ਟਰੈਕਟਰ ਦਿਖਾਵਾਂਗਾ ਜਿਹੜਾ 60 ਸਾਲ ਪੁਰਾਣਾ ਹੈਗਾ, ਅਤੇ ਇਹ ਹੈਗੀ ਮਸ਼ੀਨ ਜੀ ਜਿਹਦੇ ਨਾਲ ਗਾਈਆਂ ਨੂੰ ਸਵੇਰੇ ਖੁਰਾਕ ਪੈਂਦੀ ਹੈਗੀ। ਇਹ ਆ ਮਸ਼ੀਨ, ਇਹ ਟਰੈਕਟਰ ਹੈ ਓਪਲ ਹਮਾਨੀ ਤੋਂ ਖੜਾ ਹੋਇਆ, ਉਹਦੇ ਨਾਲ ਜਾਣੀ ਕਿ ਕਾਰੀ ਕੋ ਕਰਕੇ ਇਹਦੇ ਵਿੱਚ ਸੁੱਟਣੀ ਹੈ। ਇਹਦੇ ਵਿੱਚ ਘੁੰਮ ਜਾਣੀ ਕਿ ਕੱਟਰ ਵੀ ਹੈਗੇ ਨੇ ਔਰ ਮਿਕਸਰ ਵੀ ਹੈਗਾ ਇਹਦੇ ਵਿੱਚ, ਮਸ਼ੀਨ ਦੇ ਵਿੱਚ। ਇਹ ਘੱਟੋ ਘੱਟ ਜਾਣੀ ਕਿ ਇੱਕ ਵਾਰੀ ਭਰੀ ਹੋਵੇ ਤਾਂ 100 ਤੋਂ 75 ਡੰਗਰ ਦੀ ਖੁਰਾਕ ਤਿਆਰ ਕਰ ਦਿੰਦੀ ਹੈ। ਇੱਕ ਵਾਰੀ ਜਾਣੀ ਕਿ ਭਰਨ ਦੇ ਨਾਲ 175 ਡੰਗਰ ਦੀ ਖੁਰਾਕ ਤਿਆਰ ਕਰਦੀ ਹੈ। ਅਤੇ ਹਰ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀ ਪਹਿਲੀ ਵੀਡੀਓ ਦੇ ਵਿੱਚ ਕਿ ਜੇਕਰ ਕਿਸ ਤਰ੍ਹਾਂ ਪੱਠੇ ਪਾਏ ਜਾਂਦੇ, ਕਿਸ ਤਰ੍ਹਾਂ ਉਹ ਬੋਕਸ ਜੋ ਟਰੈਕਟਰ ਨੂੰ ਖਿੱਚਦਾ ਹੈ ਕਿਸ ਤਰ੍ਹਾਂ ਹੁੰਦਾ, ਉਹ ਸਾਰਾ ਕੁਝ ਤੁਹਾਨੂੰ ਵੀਡੀਓ ਵਿੱਚ ਮਿਲ ਜਾਏਗਾ, ਤੁਸੀਂ ਵੀਡੀਓ ਬਾਅਦ ਵਿੱਚ ਦੇਖ ਸਕਦੇ ਹੋ। ਸੋ ਕੋਸ਼ਿਸ਼ ਕਰਿਆ ਕਰੋ, ਦੇਖੋ ਆਪਾਂ ਇਹ ਸੋਚ ਕੇ ਜਾਂਦੇ ਹਾਂ ਕਿ ਆਪਾਂ ਇੰਡੀਆ ਵਿੱਚ ਕੰਮ ਕੀਤਾ, ਸਾਨੂੰ ਐਕਸਪੀਰੀਅੰਸ, ਉਹੀ ਕੰਮ ਆਪਾਂ ਬਾਹਰ ਜਾ ਕੇ ਕਰ ਸਕਦੇ ਹਾਂ, ਤਾਂ ਬਹੁਤ ਕੁਛ ਡਿਫਰੈਂਟ ਹੁੰਦਾ ਜੋ ਆਪਾਂ ਇੰਡੀਆ ਵਿੱਚ ਕਰਦੇ ਹਾਂ ਜਾਂ ਫਿਰ ਹੋਰ ਕਿਸੇ ਵੀ ਜਗ੍ਹਾ ਵਿੱਚ ਕਰੀਏ, ਕਿਉਂਕਿ ਬਹੁਤ ਕੁਛ ਬਦਲ ਜਾਂਦਾ ਆ। ਇੱਕ ਤਾਂ ਭਾਸ਼ਾ ਤਾਂ ਬਦਲਦੀ ਬਦਲਦੀ ਆ, ਬਸ ਮਸ਼ੀਨਾਂ ਬਦਲਦੀਆਂ, ਕੰਮ ਘੱਟ ਆ ਵੱਧ ਆ, ਅਤੇ ਸੋ ਇਸ ਕਰਕੇ ਆਪ ਧਿਆਨ ਨਾ ਕਰੋ, ਕਿਉਂਕਿ ਜ਼ਿੰਦਗੀ ਜ਼ਰੂਰੀ ਆ, ਪੈਸਾ ਫਿਰ ਵੀ ਕਮਾ ਲਾਂਗੇ। ਸੋ ਸਭ ਤੋਂ ਪਹਿਲਾਂ ਆਪਣੀ ਸਿਕਿਓਰ ਕਰੋ ਕਿ ਹੌਲੀ ਹੌਲੀ ਕੰਮ ਕਰੋ, ਧਿਆਨ ਨਾਲ ਕੰਮ ਕਰੋ। ਸੋ ਜਿਹੜੇ ਭਰਾ ਹੁਣ ਵੀ ਜਾਣਾ ਚਾਹੁੰਦੇ ਇਟਲੀ ਵਿੱਚ, ਸੋਚ ਸਮਝ ਕੇ ਜਾਓ ਕਿਹੜਾ ਕੰਮ ਤੁਹਾਨੂੰ ਸਹੀ ਲੱਗਦਾ, ਕਿਹੜਾ ਤੁਸੀਂ ਕਰ ਸਕਦੇ ਹੋ। ਮੈਂ ਇਹੀ ਚਾਹੁੰਦਾ ਹਾਂ ਕਿ ਸਾਰੇ ਸੇਵ ਰਹਿਣ, ਵਧੀਆ ਕੰਮ ਕਰਨ, ਸਾਰੇ ਪੈਸੇ ਕਮਾਉਣ, ਕਿਉਂਕਿ ਆਪਾਂ ਬਾਹਰ ਜਿਹੜੇ ਵੀ ਜਾਂਦੇ ਆ ਪੈਸਾ ਕਮਾਉਣ ਜਾਂਦੇ ਆ, ਨੋਰਮਲ ਘੁੰਮਣ ਫਿਰਨ ਤਾਂ ਬਹੁਤ ਘੱਟ ਹੀ ਜਾਂਦੇ, ਜਿਹੜੇ ਘੁੰਮਣ ਜਾਂਦੇ ਉਹ ਵੀ ਉੱਥੇ ਜਾ ਕੇ 2 ਨੰਬਰ 3 ਨੰਬਰ 'ਚ ਸੈਟਲਮੈਂਟ ਉੱਥੇ ਹੋਣ ਦੀ ਸੋਚਦੇ ਨੇ। ਤੁਸੀਂ ਵੀ ਕੋਸ਼ਿਸ਼ ਕਰਿਓ, ਇੰਡੀਆ ਵਿੱਚ ਸੈਟਲ ਹੋ ਸਕਦੇ ਤਾਂ ਠੀਕ ਆ, ਜੇ ਨਹੀਂ ਤੁਸੀਂ ਉੱਥੇ ਬਾਹਰ ਜਾਣਾ ਜਾਣਾ ਤਾਂ ਸੋਚ ਕੇ ਜਾਓ ਤੁਸੀਂ ਕਿਹੜਾ ਕੰਮ ਕਰਨਾ ਆ, ਅਤੇ ਧਿਆਨ ਨਾ ਕਰੋ। ਸੋ ਮਿਲਦੇ ਨੈਕਸਟ ਵੀਡੀਓ 'ਚ।